अस्सलामुअलैकुम, बिस्मिल्लाहिर्रहमानिर्रहीम, अस्सलामुअलैकुम। कैसे मेरी प्यारी यूट्यूब फैमिली, उम्मीद कर दिया सब ठीक होंगे, खुशबाश होंगे। अल्लाह पाक तुम सारों इस तरह खुश रखे, शाद व इबाद रखे, हर दुख तकलीफ से दूर रखे। सब तो पहले मेरे बहन भाई ने जुमातुल मुबारक। अच्छा जी, माशाल्लाह जी, असं जैसा सही बहन भाई देख रहे हैं, अस्कार भी ब्लॉक अपना बनाया सी माशाल्लाह जी। तो आज भी साडा ब्लॉक इंशाल्लाह हुन साडे ब्लॉक आणगे मेरे बहन भाई, साडी वीडियो नाल जोड़ के रहा करन, हुण स्किप नहीं करनी, क्योंकि अगे असीं काफ़ी देर होगी जिहड़ी अपनी वीडियो नहीं सी पाते यूट्यूब ते। हुण मेरे बहन भाई ने साडी सपोर्ट करनी, अल्लाह पाक साडे बहन भाई सेध दवे। पहले साडे बहन भाई ने साडी बहुत सपोर्ट कीती आ, तो अल्लाह पाक साडे बहन भाई ने सेध दवे, तंदुरुस्ती दवे। तो असीं हुण अपनी वीडियो पाया करनी, मेरे बहन भाई साडी वीडियो पूरी वाच करिया करन, स्किप नहीं करनी। अल्लाह पाक खैर करे, माशाल्लाह जुमातुल मुबारक दा दिन अज बहुत ही प्यारा दिन आ, तो मौसम भी बहुत ही प्यारा वा। अल्लाह पाक खैर करे माशाल्लाह जी, मैं कहा अपने बहन भाई ना भी शेयर कर लिए। तो मैं आई सी की छत ते, माशाल्लाह जी जैसा सभी बहन भाई देख सकते हैं, मैं आई सी की छत ते, तो मैं क्या मैं अपने बहन भाई ने थोड़ा ब्लॉग बना के शेयर कर लवा। अल्लाह पाक खैर करे। तो हम चलते हैं जी नीचे, नीचे जाके जोड़ा भी सीन हो अपने बहन भाई। अस्सलाम वालेकुम, कैसे मेरा भैन भरा, अल्लाह खैर खैर खुश रखे, अल्लाह पाक तंदुरुस्ती देवे, अल्लाह पाक सेहत देवे, और साडी तरफों सारे मेरे भैन भरावां नूं, तमाम यूट्यूब फैमिली वेखण वाले नूं साडी तरफों जुमा मुबारक। आमीन, बिल्कुल जुमा मुबारक मेरी तरफों ने साडे। हां जी, तो जी लगे नहीं 11वीं दा खतम दौर कहना लगा, 11वीं वाले दा नां ते डुबी दर जाए जी, रोंदी आएगी ते हसदी कर जाएगी इंशा अल्लाह, मगर जिंदगी दा कोई पता नहीं, 4 दिन दे मेहमान। चलो चले जा मुकाम, ਕਹਿੰਦਾ ਟਾਲੀ ਸੁੱਖ ਵੈਸੀ ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਮੋੜ ਦੇ ਮੁੱਕ ਵੀ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਕੋਈ ਭਰੋਸਾ ਨਹੀਂ, ਦਮ ਦਾ ਕੀ ਪਸਾਵਾ ਆਵੇ ਜਾਂ ਨਾ ਆਵੇ, ਹਵਾ ਵਾ ਨਿਕਲ ਗਈ ਤੇ ਮਤਲਬ ਮੇਰੀ ਮੇਰੀ ਕਰਦਾ ਕਰਦਾ ਕੋਈ ਸ਼ੈ ਨਹੀਂ। ਤੋ ਅਲਹਮਦੁਲਿਲਾਹ, ਹਾਂਜੀ, ਦੁਨੀਆ ਦੇ ਰਾਹ ਹੱਸਦਾ ਦਿੱਤਾ ਇਹ ਕੰਮ ਆਣਾ ਜੀ, ਇਨਸ਼ਾ ਅੱਲਾ ਜੀ, ਇਨਸ਼ਾ ਅੱਲਾ ਅੱਲਾ ਪਾਕ ਸਾਡੀਆਂ ਨੂੰ ਫੈਮਿਲੀ ਨੂੰ ਤੰਦਰੁਸਤੀ ਦੇਵੇ, ਤੰਦਰੁਸਤੀ ਦੇਵੇ, ਸਿਹਤ ਦੇਵੇ, ਮਦੀਨੇ ਵਾਲੀ ਦੀ ਜ਼ਿਆਰਤ ਕਰਾ ਕੇ ਇਨਸ਼ਾ ਅੱਲਾ ਪਾਕ ਰਹਿਮਤ ਦੇ ਸਰਾਂ ਤੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦਾ ਫਰਮਾਦਾਰ। ਆਮੀਨ, ਅੱਲਾ ਖੈਰ ਕਰੇ ਜੀ, ਅਸੀਂ ਅੱਜ 11ਵੇਂ ਖਤਮ ਤੋਂ ਆਉਣ ਲੱਗੇ, ਅਲਹਮਦੁਲਿਲਾਹ। ਕੱਲ੍ਹ ਅਸੀਂ ਬਾਬੇ ਨੈਸ਼ਾ ਵਾਲੀ ਦੀ ਆ ਕੇ ਵੀਡੀਓ ਆਪਣਾ ਬਲੌਗ ਬਣਾਇਆ ਸੀ, ਅੱਜ ਅਸੀਂ ਆਪਣੇ ਘਰ ਬਣਾਉਂਦੇ ਪਏ ਹਾਂ, ਔਰ ਜੋ ਜੋ ਮੇਰੇ ਅੱਲਾ ਨੂੰ ਮਨਜ਼ੂਰ ਹੋਣਾ ਕੋਈ ਕੋਈ ਹੋਣਾ, ਜੋ ਮੇਰੇ ਅੱਲਾ ਪਾਕ ਨੂੰ ਮਨਜ਼ੂਰ ਨਸਾਂ ਦੀਆਂ ਸੋਚਾਂ ਨਾਲ ਦਾਨ ਸੁੱਤਾ ਪਿਆ, ਕਈ ਦਿਨ ਜਾਗ ਜਾਗ ਮਿਟੀ ਪਿਆ, ਆਪਣੇ ਮਹਿਲ ਬਣਾਉਣ ਦਾ ਮਹਿਲ ਬਣਾ ਕੇ ਸਿਆ ਜੀ, ਉਹਦਾ ਕੋਈ ਸ਼ੈ ਨਹੀਂ ਜੀ, ਇਸ ਤਰ੍ਹਾਂ। ਹਾਂਜੀ, ਅਤੇ ਕੋਈ ਗੱਲ ਨਹੀਂ, ਇਸ ਲਈ ਦੁਨੀਆਦਾਰੀ ਆ, ਚੱਲਦੀ ਰਹਿੰਦੀ ਹੈ। ਬਾਕੀ ਇਨਸ਼ਾ ਅੱਲਾ ਅੱਲਾ ਦੇ ਹੁਕਮ ਨਾਲ ਬੈਠ ਰਹਾ ਹੁੰਦੀਆਂ ਦੁਆਵਾਂ ਨਾਲ, ਖੁੱਲ੍ਹਾ ਇੱਥੇ ਬੱਚੇ ਨੂੰ ਪਤਾ ਲੱਗਦਾ ਜੀ। ਹਾਂਜੀ, ਬੱਚੇ ਆ ਰਹੇ, ਸਾਰੇ ਬੈਠ ਜਾਣ, ਆ ਜਾਣਾ ਬੱਚੇ, ਉਧਰੋਂ ਵੀ ਆਉਂਦੇ ਪਏ, ਉਹ ਵੀ ਆ ਜਾਣ ਸਾਰੇ, ਫਿਰ ਜੋ ਵੀ ਹੈ। ਬਾਕੀ ਜੀ ਲੈਣਾ ਦੇਣਾ ਮੁਕੱਦਰ ਆ, ਨਸਾਨ ਨੂੰ ਕੁਝ ਹੱਥ ਪੈਰ ਹਿਲਾਉਣੇ ਚਾਹੀਦੇ ਜੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਰਾ ਕਤਰੇ ਕਤਰੇ ਦਰਿਆ ਬਣੇ। ਅਲਹਮਦੁਲਿਲਾਹ, ਦਰਿਆ ਬਣਦੇ ਆ, ਰੁੜਦੇ ਵੀ, ਚੱਲਦੇ ਵੀ, ਦੇਖਦੇ ਵੀ, ਬਾਕੀ ਆਪਣਾ ਅੱਲਾਹ ਹੈ। ਸਰਕਾਰਿਆ
ਚਟਾਈ ਤਾਂ ਵੀ ਜਿਹੜੀ ਜਗ੍ਹਾ ਥੱਲੇ ਬਹਿਣ ਲੱਗ ਗਏ ਵਿਚਾਰੇ ਤੇ ਅੱਲਾ ਤੰਦਰੁਸਤੀ ਦੇਵੇ ਹੋਣੇ ਆ ਸਾਰੇ ਬੱਚਿਆਂ ਨੂੰ ਦਿੰਦੇ ਆ ਫਿਰ ਦੁਆ ਕਰੋ ਬੱਚਾ ਅੱਲਾ ਤੰਦਰੁਸਤੀ ਦੇਵੇ ਜਿਸ ਫੈਮਿਲੀ ਨੂੰ ਭੇਜਿਆ ਵਾ ਅੱਲਾ ਉਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ ਸੋਹਣੇ ਮਦੀਨੇ ਵਾਲੇ ਦੀਦਾਰ ਕਰਾਵੇ ਤੋ ਮਾਸ਼ਾਅੱਲਾ ਜੀ ਅਲਹਮਦੁਲਿਲਾ ਅੱਲਾ ਦੇ ਹੁਕਮ ਨਾਲ ਭੈਣ ਭਰਾ ਮੇਰੀ ਦੁਆਵਾਂ ਨਾਲ ਭੈਣ ਭਰਾ ਦੀ ਸਪੋਰਟਾਂ ਨਾਲ ਅਲਹਮਦੁਲਿਲਾ ਕੰਮ ਆਪਣਾ ਕਰ ਰਹੇ ਹਾਂ ਸ਼ੁਕਰ ਦੀਦਾਰ ਤੋ ਗਿਆਰਵੀਂ ਦਾ ਖਤਮ ਵੀ ਦੁਆ ਤਾ ਅਸੀਂ ਹੁਣ ਬੱਚੇ ਤਕਸੀਮ ਕਰਦੇ ਹਾਂ ਔਰ ਬੱਚੇ ਵੀ ਖੁਸ਼ ਰੱਬ ਵੀ ਖੁਸ਼ ਅਤੇ ਸਭ ਖੁਸ਼ ਹਾਂਜੀ ਅੱਲਾ ਪਾਕ ਆਪਣੀ ਬਾਰਗਾਹ ਦੇ ਵਿੱਚ ਕਬੂਲ ਕਬੂਲ ਕਰੇ ਜੀ ਹਾਂਜੀ ਇਹ ਤਾਂ ਬਰਕ ਦਿੱਤਾ ਹੋਇਆ ਗਿਆਰਵੀਂ ਸ਼ਰੀਫ ਦਾ ਹਮੇਸ਼ਾ ਆਪਾਂ ਤੋਂ ਦੁਆਉਣਾ ਚਾਹੀਦਾ ਕਿਉਂਕਿ ਅਸੀਂ ਹਰ ਗਿਆਰਵੀਂ ਦੁਆਉਂਦੇ ਪਏ ਹਾਂ ਜਿਹੜੇ ਦੁਆਉਂਦੇ ਪਏ ਨੇ ਮਾਸ਼ਾ ਅੱਲਾ ਪਾਕ ਨੂੰ ਸਿਹਤ ਦੇਵੇ ਤੰਦਰੁਸਤ ਦੇ ਹਮੇਸ਼ਾ ਅੱਲਾ ਪਾਕ ਰੱਖੇ ਹਾਂਜੀ ਅਸੀਂ ਦਾਅਵੇਦਾਰ ਹਾਂ ਜੀ ਅਸੀਂ ਤਾਂ ਨੌਕਰੀਆਂ ਦੇ ਜੀ ਅਲਹਮਦੁਲਿਲਾ ਸਾਡੀਆਂ ਪਿਆਰੀ ਫੈਮਿਲੀ ਅੱਲਾ ਹੁਣ ਤੰਦਰੁਸਤੀ ਔਰ ਸਿਹਤ ਵਾਲੀ ਜ਼ਿੰਦਗੀ ਦੇਵੇ ਅੱਲਾ ਬਹੁਤਾ ਦੇ ਆਮੀਨ ਅੱਲਾ ਉਹਦੇ ਬੱਚਿਆਂ ਨੂੰ ਵੀ ਉਹਨਾਂ ਦਾ ਫਰਮਾਨਦਾਰ ਰੱਖੇ ਆਮੀਨ ਚਲੋ ਬਕਾਓ ਜੀ ਬਕਾਓ ਬੱਚਿਆਂ ਨੂੰ ਬਕਾਓ ਸ਼ਹਿਰ ਬਕਾਓ ਬਸ ਹਾਂਜੀ ਹੁਣ ਦਿੰਨੇ ਸਾਰੇ ਬੱਚਿਆਂ ਨੂੰ ਕਿਤੇ ਬੈਠਿਆਂ ਨੂੰ ਨਾ ਦੇ ਦੇ ਬੈਠਿਆਂ ਦੇ ਹਾਂਜੀ ਬੈਠੇ ਸਮਾਂ ਠੀਕ ਰਹਿਣਗੇ ਹਾਂਜੀ ਹਾਂਜੀ ਅੱਲਾ ਖੈਰ ਕਰੇ ਸਾਰੇ ਬੈਠੇ ਨੂੰ ਪਿੱਛੇ ਕੀਤਾ ਹੋਇਆ ਨਹੀਂ ਲਿਆ ਸਕਦੇ ਸੀ ਟੈਨਸ਼ਨ ਨਹੀਂ ਲੈਣੀ ਸ਼ਾਇਦ ਬਹੁਤ ਟੈਨਸ਼ਨ ਲੈਣੀ ਕੁੱਲ ਦਿਨ ਮੈਂ ਟੈਨਸ਼ਨ ਲੈਣੀ
ਮੁੱਕਦੀ ਨਹੀਂ ਇਹ ਯਾਰ ਮੇਰਾ ਨਾਲ ਲੰਗਰ ਚੱਲਦਾ ਹੈ ਯਾਰ ਅਜ਼ਾਦ ਤੈਨੂੰ ਇਦਾਂ ਨਹੀਂ ਗੁਰਦੀ 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 ਇੱਧਰ ਖੇਡੋ ਦਿਓ ਜੀ ਬਾਕੀ ਬਾਕੀ ਸਾਰੇ ਆਵਾਜ਼ ਦਿਓ ਪਹਿਲਾਂ ਇੱਧਰ ਲੋ ਯਾ ਵਾ ਆ ਵੀ ਨਹੀਂ ਕਿ ਨਹੀਂ ਕਿ ਨਹੀਂ ਦੇ ਪਾਉ 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 ਚਲੋ ਹੋਰ ਕਿਹੜਾ ਇਹ ਸਾਡੀ ਅੱਜ ਦੀ ਬਲੌਗ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਅੱਲਾ ਸੋਹਣੇ ਦੇ ਹਵਾਲੇ ਰੱਬ ਰੱਖਾ ਓਕੇ ਮਾਸ਼ਾਅੱਲਾ ਜੀ ਇੱਧਰ ਵੀ ਇੱਕ ਮੋਰ ਖੜਾ ਬਟੇ ਇਹਦੇ ਨਾਲ ਛੋਟਾ ਹੈ ਮਾਸ਼ਾਅੱਲਾ ਜੀ ਉਹ ਬਹੁਤ ਪਿਆਰਾ ਬਹੁਤ ਜ਼ਿਆਦਾ ਵੱਡਾ ਸੀਗਾ ਅੱਲਾ ਪਾ ਖੈਰ ਕਰੇ ਬਾਬਾ ਜੀ ਕਿੰਨੇ ਪਿਆਰੇ ਇੱਕ ਆਪਾਂ ਵੀ ਲੈ ਲਈਏ ਮਾਸ਼ਾਅੱਲਾ ਜੀ ਅੱਲਾ ਪਾ ਖੈਰ ਕਰੇ ਬਾਬਾ ਜੀ ਖੜੇ ਨਹਿਰ ਦੇ ਵਿੱਚ ਡਰ ਬਹੁਤ ਲੱਗ ਰਿਹਾ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਹੈ ਬਾਬੇ ਛਲਾਂਗ ਮਾਰ ਕੇ ਵਹਾਓ ਵਿੱਚ ਬਾਬਾ ਜੀ ਉੱਧਰ ਖੜੇ ਨੇ ਮੰਮਾ ਜੀ ਮੇਰੇ ਪਿੱਛੇ ਖੜੀ ਹੈ ਡਰ ਬਹੁਤ ਲੱਗ ਰਿਹਾ ਹੈ ਬਹੁਤ ਖੌਫ ਆਉਂਦਾ ਇਹਦੇ ਤੋਂ ਪਾਣੀ ਬਹੁਤ ਜ਼ਿਆਦਾ ਸਪੀਡ ਨਾਲ ਆ ਰਿਹਾ ਬਾਬਾ ਤੁਹਾਡਾ ਜੋ ਹੈਗਾ ਉਹ ਸੈਲ ਸੂਲ ਕਰਨ ਨੂੰ ਉਹ ਦੇਖੇ ਮਿੰਟ ਵੈਸੇ ਖੌਫ ਆ ਰਿਹਾ ਹੋਰ ਹੈ ਹੀ ਖੌਫ ਆ ਰਿਹਾ ਉਹ ਕਿੱਥੇ ਜਾ ਖਲੋ ਗਏ ਉਹਨਾਂ ਨੂੰ ਬਾਅਦ ਬਾਅਦ ਪਿੱਛੇ ਹੋਇਓ ਬਹੁਤ ਪਾਣੀ ਸਪੀਡ ਨਾਲ ਜਾ ਰਿਹਾ ਦੇਖੀ ਹੋਰ ਕੀ ਆ ਬੇਟਾ ਦੇਖੋ ਵਿੱਚੋਂ ਉਹ ਟੇੜਾਂ ਆਈਆਂ ਹੋਈਆਂ ਹਾਂਜੀ ਤਾਂ ਹੀ ਤਾਂ ਮੈਂ ਅੱਗੇ ਨਹੀਂ ਗਈ ਮੈਂ 10 ਫੁੱਟ ਦੂਰ ਖੜੀ ਹਾਂ ਡਰ ਬਹੁਤ ਲੱਗਦਾ ਕਿੰਨੀ ਜ਼ਿਆਦਾ ਨਹਿਰ ਹੈ ਮੰਮਾ ਇਸ ਬਹੁਤ ਜ਼ਿਆਦਾ ਡਰ ਲੱਗ ਰਿਹਾ ਨਹਿਰ ਹੀ ਪਾਣੀ ਹੈ ਨਹਿਰ ਮਾਸ਼ਾਅੱਲਾ ਜੀ ਦੇਖ ਸਕਦੇ ਭੈਣ ਭਾਈ ਪਾਣੀ ਬਹੁਤ ਸਪੀਡ ਨਾਲ ਜਾ ਰਿਹਾ ਲੇਕਿਨ ਕੈਮਰੇ 'ਚ ਜਿਹੜਾ ਕੈਮਰੇ ਨਜ਼ਦੀਕ ਥੋੜ੍ਹਾ ਨਜ਼ਰ ਆ ਰਿਹਾ ਕਿਉਂਕਿ ਫਿਰ ਕੈਮਰੇ 'ਚ ਅਗਲੀ ਤਸਵੀਰ ਚੇਂਜ ਹੋਣੀ ਹੁੰਦੀ ਆ ਤੁਸੀਂ ਰਹਿਣ ਤੁਸੀਂ ਪਿੱਛੇ ਹੀ ਰਹੋ ਹਾਂਜੀ ਪਿੱਛੇ ਹੀ ਰਹੋ ਪਹਿਲੇ ਜਿਹੜੇ ਨਾਲ ਲੈਂਦੇ ਸੀਗੇ ਤਾਂ ਹੁਣ ਹਾਂਜੀ ਉਹ ਪਰੇ ਆ।